ਤੁਹਾਡੀ ਜ਼ਿੰਦਗੀ ਹੋਵੇ ਜੀ। ਕੁਝ ਬੰਦੇ ਹੈਰਾਨ ਹੋ ਕੇ ਬੈਠੇ ਨੇ, ਚਲੋ ਜਿਹੜਾ ਬੰਦਾ ਨਹੀਂ ਬੋਲ ਸਕਦਾ ਉਹ ਲਾਜ਼ੇ ਵਾਸਤੇ ਜਨਾਬੇ ਮੈਂ ਸਮੇਂ ਤਮਾਰ ਤੋਂ ਜ਼ੁਬਾਨ ਉਧਾਰੀ ਮੰਗ ਲਵੇ। ਜੋ ਅਲੀ ਦੇ ਫਜ਼ਲ ਬੋਲਣਾ ਕਿਵੇਂ ਅਲੀ ਦੇ ਨੋਂ ਕੱਢੇ ਕਿਆ ਦੇ ਤੂੰ ਸੂਲੀ ਤੇ ਚੜਾ ਕਿਆ ਦੇ ਮੈਸਮ ਅਸਾਂ ਤੈਨੂੰ ਘੋੜੇ ਮਾਰੇ ਤਾਜ਼ੀਆਨੇ ਮਾਰੇ ਤੇਰੀ ਜ਼ੁਬਾਨ ਵਿੱਚੋਂ ਅਲੀ ਦੇ ਕਸੀਦੇ ਨਹੀਂ ਰੁਕੇ, ਕਿਆ ਤੈਨੂੰ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ? ਜਦੇ ਸਾਖੇ ਤੈਨੂੰ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ, ਕੌਣ ਕਿਤਨੀ ਦਾਤ ਦੇ ਸਕਦਾ ਹੈ? ਅਲੀ ਦਾ ਨੌਕਰ ਦੁਸ਼ਮਣ ਦੀ ਅੱਗੇ ਜੰਗ ਪਾ ਗਿਆ ਤੇ ਤੂੰ ਜ਼ਿੰਦਗੀ ਦੀ ਗੱਲ ਕਰਦਾ ਹੈ? ਆ ਮੈਂ ਤੈਨੂੰ ਦੱਸਾਂਵਾ سلامت رکھے جی بسم اللہ بسم اللہ سید نارا تکبیر نہیں 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 ملک زکی عباس تے ملک شمائل عباس انج نہیں جن جن پتا ہے کہ جناب میسم تمار نے اپنی زبان کٹا کے بھی علی علی کرنا نہیں چھڈیا تے تہاڈی تے زبان ہے تسی چھڈ سکدے ہو جڑے جڑے چاہندا بندہ کہ میں علی علی کراں ਸੋ ਸਬੰਧਾਂ ਦੇ ਵਾਜ ਬੁਲੰਦਾਂ ਨੇ ਚਾਹੀਦੇ ਨੇ ਤੇ ਵਾਜ ਬੁਲੰਦਾਂ ਨਹੀਂ ਚਲਦੀ ਏ ਆਮਰ ਬਾਜਵਾ ਤੇ ਮਲਕ ਰਜ਼ਾ ਇਹਨਾਂ ਦਾ ਕਿਲੇ ਬਣਾਉਣਾ ਹੈ ਪਤਾ ਲੱਗੇ ਕਿ ਕਿਹੜਾ ਕਿਹੜਾ ਬੰਦਾ ਮੌਲਾ ਇਲਾ ਸਲਾਮ ਦੀ ਸਦਾ ਬੁਲੰਦ ਕਰਦਾ ਹੈ ਨਾਰਾ سید مولا تو سلامت رکھے جی۔ چلو ایک شعر اور بڑھ جاواں، ایک قصیدے دا پھر حکم آ گیا۔ چلو میں کوشش کرتا ہوں انشاءاللہ، میں پڑھاں گا بھائی شمائل انشاءاللہ۔ اچھا تو آڈا حکم ہے جی، ٹھیک ہے انشاءاللہ، آزادار دا حکم ساڈے واسطے سارا کہندے انشاءاللہ میں ضرور پڑھ دیاں گا۔ چلو ایک شعر ہے پھر ایک قصیدہ میں اتنے چھڑتا پیا، قصیدہ پھر نواں قصیدہ پڑھ دیا، پھر ناد بھی